यार बहुत सीरा सीरा जिन्हों कहा ना सीरा जी ਜਿਹੜਾ ਰਾਈਟਰ ਹੈ ਰਾਈਟਰ ਨੂੰ ਵੀ 5 ਸਟਾਰ ਰੇਟਿੰਗ ਹੈ ਬਈ ਸਿਰਾ ਲਾਇਆ ਹੈ ਮਤਲਬ ਹੋਪ ਕਰਦਾ ਹੈ ਕਿ ਕਿਸਮਤ 3 ਵੀ ਹੋਵੇ ਆਸ਼ਾ 5 ਸਟਾਰ ਫਿਰ ਪੰਜਾਬੀ ਚੋਂ 5 ਸਟਾਰ 10 ਸਤਿ ਸ਼੍ਰੀ ਅਕਾਲ ਦੋਸਤੋ ਫੇਮਸ ਪੰਜਾਬ ਟੀਵੀ ਨੂੰ ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਸੋਹਿਲ ਖਾਨ ਦੋਸਤੋ ਅਸੀਂ ਇਸ ਵਕਤ ਚੰਡੀਗੜ੍ਹ ਦੇ ਵਿੱਚ ਹਾਂ ਤੇ ਚੰਡੀਗੜ੍ਹ ਦੇ ਵਿੱਚ ਬਹੁਤ ਪਿਆਰਾ ਜਿਹੜਾ ਕਿ ਮੌਸਮ ਹੈ ਉਹ ਹੋਇਆ ਹੋਇਆ ਆ ਸੋ ਬਹੁਤ ਪਿਆਰੀ ਜੀ ਇੱਕ ਮੂਵੀ ਵੀ ਅੱਜ ਰਿਲੀਜ਼ ਹੋਈ ਹੈ ਸੋ ਕਿਸਮਤ 2 ਉਸ ਫਿਲਮ ਦਾ ਨਾਮ ਹੈ ਜੀ 2018 ਦੇ ਵਿੱਚ ਸਾਰੇ ਹੀ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਇਸ ਮੂਵੀ ਨੂੰ ਤੇ ਬਹੁਤ ਜ਼ਿਆਦਾ ਉਡੀਕ ਵੀ ਹੋ ਰਹੀ ਸੀ ਕਿਸਮਤ 2 ਦੀ ਸੋ ਫਾਈਨਲੀ ਅੱਜ ਰਿਲੀਜ਼ ਹੋ ਚੁੱਕੀ ਹੈ ਤੇ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜਿਹੜੀ ਜੋੜੀ ਹੈ ਉਹ ਹਮੇਸ਼ਾ ਸਕਰੀਨ ਦੇ ਉੱਤੇ ਕਮਾਲ ਕਰਦੀ ਆਈ ਹੈ ਸੋ ਅੱਜ ਅਸੀਂ ਆਡੀਅנס ਤੋਂ ਜਾਣਾਂਗੇ ਕਿ ਅੱਜ ਉਹਨਾਂ ਦੀ ਜਿਹੜੀ ਜੋੜੀ ਹੈ ਉਹਨਾਂ ਨੇ ਸਕਰੀਨ ਦੇ ਉੱਤੇ ਕਿੰਨਾ ਕੁ ਕਮਾਲ ਕੀਤਾ ਆ ਜਗਦੀਪ ਸਿੱਧੂ ਦੀ ਜਿਹੜੀ ਰਾਈਟਿੰਗ ਹੈ ਤੇ ਡਾਇਰੈਕਸ਼ਨ ਹੈ ਉਹਨੇ ਕਿੰਨਾ ਕੁ ਕਮਾਲ ਕੀਤਾ ਆ ਇਹ ਸਾਰੀਆਂ ਗੱਲਾਂ ਅਸੀਂ ਆਡੀਅנס ਤੋਂ ਜਾਣਾਂਗੇ ਤੇ ਆਜੋ ਦੋਸਤੋ ਫਿਰ ਤੇ ਅਸੀਂ ਆਡੀਅנס ਕੋਲ ਦੋਸਤੋ ਕੁੜੀਆਂ ਦੀ ਇਹ ਕਿਸਮਤ ਜਿਹੜੀ ਪਹਿਲਾਂ ਸੀ ਉਹ ਬਹੁਤ ਫੇਵਰਿਟ ਰਹੀ ਹੈ ਕਿਸਮਤ 2 ਰਿਲੀਜ਼ ਹੋ ਚੁੱਕੀ ਹੈ ਤੇ ਸੋਹਣੀ ਸੋਹਣੀਆਂ ਕੁੜੀਆਂ ਹੁਣੇ ਫਿਲਮ ਨੂੰ ਵੇਖ ਕੇ ਆਈਆਂ ਨੇ ਸੋ ਕਿਵੇਂ ਦੀ ਲੱਗੀ ਫਿਲਮ ਬਹੁਤ ਸੋਹਣੀ ਮੂਵੀ ਸੀ ਲਾਈਕ ਸਿਰਾ ਮੂਵੀ ਹੈ ਸਿਰਾ ਅਨਦਰ ਲੈਵਲ ਕਹਿ ਸਕਦੇ ਆ ਆਪਾਂ ਨੈਕਸਟ ਲੈਵਲ ਪਹਿਲਾਂ ਵਾਲੀ ਵਧੀਆ ਸੀ ਕਿ ਇਹ ਵਾਲੀ ਵਧੀਆ ਦੋਨੋਂ ਹੀ ਵਧੀਆ ਸੀ ਫੈਬੂਲਸ ਮਤਲਬ ਹੋਪ ਕਰਦੇ ਆ ਕਿ ਕਿਸਮਤ 3 ਵੀ ਆਵੇ ਯਾਰ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਕਿਵੇਂ ਦੀ ਲੱਗੀ ਬਹੁਤ ਸੋਹਣੀ ਜੋੜੀ ਹੈ ਔਰ ਵੀ ਬਹੁਤ ਅੱਛੀ ਹੈ ਮਤਲਬ ਇੰਡਸਟਰੀ ਚ ਸਾਰੇ ਪਸੰਦ ਕਰਦੇ ਆ ਹਸਾਇਆ ਜ਼ਿਆਦਾ ਕਿ ਰਵਾਇਆ ਜ਼ਿਆਦਾ ਬਹੁਤ ਇਮੋਸ਼ਨਲ ਵੀ ਰਵਾਇਆ ਇਮੋਸ਼ਨਲ ਇਮੋਸ਼ਨਲ ਸੀਨ ਜ਼ਿਆਦਾ ਸੋ ਇਮੋਸ਼ਨਲੀ ਹਾਂ ਬਹੁਤ ਕਿਤੇ ਸਟਾਰ ਫਿਰ ਪੰਜਾਬੀ ਚੋਂ वखरा तो कुछ नहीं जी बड़ी इमोशनल है वैसे बड़ी वधिया लगी फिल्म में भाई हसाया ज्यादा कि रोया ज्यादा थोड़ी इमोशनल है लास्ट तक रोंदी आ रही हां लास्ट में थोड़ा ये कितने नंबर भाई पंजाब में हां जी पंजाब में कितने नंबर पंजाब में 510 है मैम कैसी लगी मूवी बहुत बहुत वधिया लगी हसाया ज्यादा कि रोया ज्यादा मिक्स था इमोशनल भी और एंड सीन था बहुत ज्यादा अनएक्सपेक्टेड सी मतलब काफी अच्छा लग गया और बेस्ट मूवी 10 आउट ऑफ 10 थैंक यू सो मच दोनों बट बहुत ही बढ़िया मूवी थी बहुत ज्यादा बहुत वधिया मूवी है बहुत घंट सस्पेंस क्रिएट किया उन्होंने 5 स्टार आई मूवी है तो बहुत ज्यादा सोहनी मूवी है ਪਹਿਲਾਂ ਨਹੀਂ ਨਾਲ ਬਹੁਤ ਜ਼ਿਆਦਾ ਸੋਹਣੀ ਆ ਐਮੀ ਤੇ ਸਰਗੁਣ ਦੀ ਐਕਟਿੰਗ ਕਿਵੇਂ ਲੱਗੀ ਸਾਰਿਆਂ ਨਾਲੋਂ ਐਂਡਾ ਮਤਲਬ ਕਹਿੰਦੇ ਆ ਨਾ ਬਸ ਉਸ ਤੋਂ ਬਾਅਦ ਖਤਮ ਹੈ ਚੀਜ਼ ਕੀ ਬਾਤ ਹੈ ਬਹੁਤ ਘੈਂਟ ਹੈ ਆਪਣਾ ਹਾਸਾ ਹੈ ਫਿਲਮ ਨੇ ਜ਼ਿਆਦਾ ਕਿ ਰਵਾਇਆ ਹਾਸਾ ਵੀ ਬਹੁਤ ਹੈ ਰਵਾਉਂਦੇ ਵੀ ਆ ਪਰ ਇਹੀ ਚੀਜ਼ ਦਾ ਮਜ਼ਾ ਆਉਂਦਾ ਹੁੰਦਾ ਇਹਨੂੰ ਹੀ ਸਸਪੈਂਸ ਮੂਵੀ ਕਹਿੰਦੇ ਆ ਕਿੰਨੇ ਸਟਾਰ ਪੰਜਾਬ ਵਿੱਚੋਂ 5 ਪੂਰੇ ਕਿਵੇਂ ਦੀ ਲੱਗੀ ਭਾਜੀ ਬਹੁਤ ਵਧੀਆ ਰਹੀ ਯਾਰ ਬਹੁਤ ਵਧੀਆ ਸਰਗੁਣ ਮਹਿਤਾ ਦੀ ਯਾਰ ਬਹੁਤ ਸਿਰਾ ਸਿਰਾ ਜਿਹਨੂੰ ਕਹਾ ਨਾ ਸਿਰਾ ਉਹ ਜੀ ਵਧੀਆ ਕਨਸੈਪਟ ਸੀਗਾ ਐਨ ਕਨਸੈਪਟ ਵਧੀਆ ਬਹੁਤ ਵਧੀਆ ਯਾਰ ਯੋ ਵਾਲੀ ਦੋਨੋਂ ਵਧੀਆ ਯਾਰ ਔਰ ਕਿੰਨੇ ਸਟਾਰ ਪੰਜਾਬ ਵਿੱਚੋਂ 5 ਦੇ 5 ਯਾਰ ਸਿਰਾ ਜਮੀ ਬੈਨ ਕੱਲ ਫੇਰ ਵੇਖਣੀ ਹੈ ਕੱਲ ਨੂੰ ਫੇਰ ਦੇਖਾਂਗੇ ਸਾਨੂੰ ਤਾਂ ਬਈ ਬਹੁਤ ਵਧੀਆ ਲੱਗੀ ਕਈ ਬੰਦੇ ਕਹਿੰਦੇ ਸਟੋਰੀ ਬਈ ਸਾਡੇ ਇਹਨੂੰ ਤਾਂ ਸਟੋਰੀ ਕਹਿੰਦੇ ਆ ਜਿਹੜਾ ਸਸਪੈਂਸ ਕ੍ਰੀਏਟ ਕੀਤਾ ਕਦੇ ਉਧਰ ਗਏ ਕਦੇ ਉਧਰ ਗਏ ਇਹੀ ਤਾਂ ਬਈ ਸਟੋਰੀ ਹੈ ਇਹ ਜ਼ਿਆਦਾ ਕਿ ਰਵਾਇਆ ਜ਼ਿਆਦਾ ਫਿਲਮ ਨੇ ਪੂਰੇ ਹਾਸਾ ਵੀ ਆਇਆ ਤੇ ਰੋਏ ਵੀ ਪੂਰਾ ਬਈ ਇਦਾਂ ਐਵੇਂ ਕਿ ਜੇ ਵੀ ਰੋਏ ਨਹੀਂ ਰੋਏ ਆ ਬਈ ਪੂਰਾ ਰੋਏ ਆ ਟਿਕਟ ਪਰੀ ਦਾ ਮੁੱਲ ਮੁੜ ਗਿਆ ਬਈ ਸਾਡਾ ਤੇ ਜਿਹੜੀ ਗੱਲ ਹੈ ਪਹਿਲਾਂ ਵਾਲੀ ਵਜ੍ਹਾ ਸੀ ਕਿ ਇਹ ਵਾਲੀ ਵਜ੍ਹਾ ਦੋਨੋਂ ਹੀ ਸਿਰਾ ਦੇ ਬਈ ਸਟੋਰੀ ਹੈ ਜਿਹੜਾ ਰਾਈਟਰ ਹੈ ਰਾਈਟਰ ਨੂੰ ਵੀ
5 स्टार रेटिंग है भाई, सिरा लाया है। सो दोस्तों किस्मत 2 दी जेडी ऑडियंस देख के आई है, सारे नु ये मूवी बहुत ज्यादा पसंद आ रही है। तो टिकट काउंटर तो सानू पता लग गया सी पिकाड़ली दे विच आए हुए हैं कि परसों तक के सारे जेडे कि हाउस वो फुल ने। सो तुसी भी जल्दी जल्दी प्लैनिंग बनाओ, तुसी जरूर वेख के आओ फिल्म नू, ते सानू कमेंट करके दसो कि थोनू ये मूवी किवें दी लगी है। सो मैनू यानी कि सोहेल खान नू तुसी दिओ इजाजत, अगले हफ्ते एक होर मूवी दी जेडी कि ऑडियंस रिव्यू है वो थोड़े सामने लैके आवांगे। तो फेमस पंजाब टीवी नू तुसी इदां ही प्यार करते रहना। थैंक यू सो मच।